ਨੰਦਾ ਦੇਵੀ ਏਸੀ ਐਕਸਪ੍ਰੈਸ ਕੋਟਾ ਦੇਹਰਾਦੂਨ। ਸਾਹਮਣੇ ਖੜ੍ਹੇ ਆ ਸਾਰਿਆਂ ਨੂੰ ਅਤੇ ਅੱਜ ਪੈਸ਼ਨ ਖੜ੍ਹੇ ਹੈ ਹਰਦੁਆਰ ਜੰਗ 'ਤੇ। ਅੱਜ ਆਪਣੀ ਜਰਨੀ ਹੋਣ ਵਾਲੀ ਹੈ 19272 ਹਰਦੁਆਰ ਜਨ ਭਾਵਨਗਰ ਟਰਮੀਨਲ ਐਕਸਪ੍ਰੈਸ ਵੀਕਲੀ ਐਕਸਪ੍ਰੈਸ ਦੇ ਵਿੱਚ, ਜਿਹੜੀ ਕਿ ਅੱਜ ਤੋਂ 8 ਤੋਂ 10 ਮਹੀਨੇ ਪਹਿਲਾਂ ਲਾਂਚ ਹੋਈ ਸੀਗੀ। ਅਤੇ ਇਹਦਾ ਜਿਹੜਾ ਰੂਟ ਆਪਾਂ ਗੱਲ ਕਰੀਏ ਤਾਂ ਹਰਦੁਆਰ ਤੋਂ ਅੰਬਾਲਾ, ਅੰਬਾਲੇ ਤੋਂ ਪਟਿਆਲਾ, ਪਟਿਆਲੇ ਤੋਂ ਹੀ ਧੂਰੀ, ਹਿਸਾਰ, ਚੁਰੂ, ਜੋਧਪੁਰ ਹੁੰਦੇ ਹੋਏ ਜਾਂਦੀ ਹੈ ਇਹ ਭਾਵਨਗਰ ਟਰਮੀਨਸ। ਅਤੇ ਐਸ਼ਨ ਆਪਾਂ ਖੜ੍ਹੇ ਆ ਹਰਦੁਆਰ ਦੇ ਵੀ, ਤੁਸੀਂ ਦੇਖ ਸਕਦੇ ਹੋ ਹਰਦੁਆਰ। ਅਤੇ ਅਸੀਂ ਰਾਤ ਨੂੰ ਅਸੀਂ ਆ ਗਏ ਸੀ ਸਟੇਸ਼ਨ 'ਤੇ, ਬਾਕੀ ਇਸ ਟਾਈਮ ਹੁਣ ਸਵੇਰ ਦੇ ਵੱਜ ਰਹੇ 4 ਵਜਣ ਵਾਲੇ ਹੋ ਗਏ, 3:40 ਹੋ ਚੁੱਕੇ ਹੈ। ਅਤੇ ਟ੍ਰੇਨ ਦਾ ਜਿਹੜਾ ਆਉਣ ਦਾ ਟਾਈਮ ਹੈ ਭਾਵਨਗਰ ਤੋਂ ਉਹ ਹੈਗਾ 3:40। ਅਤੇ ਹੁਣ ਬਸ 10-15 ਮਿੰਟ ਲੇਟ ਹੈਗੀ ਗੱਡੀ, ਤੁਹਾਨੂੰ ਉਸ ਤੋਂ ਬਾਅਦ ਪਹਿਲਾਂ ਟ੍ਰੇਨ ਆਊਗੀ, ਫਿਰ ਟ੍ਰੇਨ ਦੀ ਸਫਾਈ ਹੋਊਗੀ, ਪਾਣੀ ਭਰਿਆ ਜਾਊਗਾ, ਉਸ ਤੋਂ ਬਾਅਦ ਫਿਰ ਟ੍ਰੇਨ ਨੂੰ ਸਾਫ਼ ਸੂਫ ਕਰਕੇ ਫਿਰ ਦੁਬਾਰਾ ਸਟਾਰਟ ਕੀਤਾ ਜਾਊਗਾ। ਟ੍ਰੇਨ ਦਾ ਡਿਪਾਰਚਰ ਟਾਈਮ ਆਪਣਾ ਹੈਗਾ ਇੱਥੋਂ ਹਰਦੁਆਰ ਤੋਂ ਸਵੇਰੇ 5 ਵਜੇ ਦਾ। ਬਾਕੀ
ਆਪਣੀ ਜਰਨੀ ਅੱਜ ਹੋ ਗਈ ਜਰਨਲ ਡੱਬੇ ਵਿੱਚ ਹੀ, ਅਤੇ ਜਰਨੀ ਆਪਣੀ ਹੋ ਗਈ ਟਿਲ ਪਟਿਆਲਾ ਹਰਿਦੁਆਰ ਤੋਂ ਲੈ ਕੇ ਪਟਿਆਲੇ ਦੇ ਵਿੱਚ, ਅਤੇ ਐਲ ਐੱਚ ਵੀ ਹੋ ਚੁੱਕੀ ਹੈ ਭਾਵਨਗਰ ਐਕਸਪ੍ਰੈਸ, ਅਤੇ ਇਹਦੇ ਵਿੱਚ ਹੁਣ ਥਰਡ ਏ ਸੀ ਲਾਏ ਹੋਏ ਡੱਬੇ, ਟੂ ਡੈਰ ਡੱਬੇ ਲਾਏ ਹੋਏ ਹੈ, ਸਲੀਪਰ ਡੱਬੇ, ਦੋ ਜਨਰਲ ਡੱਬੇ ਲਾਏ ਹੋਏ ਹੈ, ਐੱਸ ਐੱਲ ਆਰ ਡੱਬਾ ਹੈਗਾ, ਬਾਕੀ ਜੋ ਟ੍ਰੇਨ ਤੁਹਾਨੂੰ ਦਿਖਾਉਂਦੇ ਹੈ, ਅਤੇ ਇੱਦਾਂ ਹਰਿਦੁਆਰ ਸਟੇਸ਼ਨ ਦਾ ਲੁੱਕ ਵੀ ਦੇਖ ਸਕਦੇ ਹੋ, ਅਤੇ ਦੋਸਤ ਤੁਸੀਂ ਦੇਖ ਸਕਦੇ ਹੋ ਹਰਿਦੁਆਰ ਸਟੇਸ਼ਨ ਦਾ ਪਲੈਟਫਾਰਮ ਨੰਬਰ 3 ਹੈ, ਅਤੇ ਇੱਥੇ ਹੀ ਟ੍ਰੇਨ ਆਉਂਦੀ ਹੁੰਦੀ ਹੈ, ਬਾਕੀ ਇਹ ਦੇਖ ਸਕਦੇ ਹੋ ਵਿਊ ਇਸ ਟਾਈਮ ਸਵੇਰ ਦੇ 3:42 ਹੋ ਗਏ, ਦੇਖ ਸਕਦੇ ਹੋ ਉੱਧਰ ਵੰਦੇ ਭਾਰਤ ਵੀ ਖੜ੍ਹੀ ਹੈ, ਪਤਾ ਨਹੀਂ ਉਹਦਾ ਰੇਕ ਹੈ ਆਪਣਾ ਦੇਹਰਾਦੂਨ ਆਨੰਦ ਵਿਹਾਰ ਦਾ ਰੇਕ ਹੈ, ਪਤਾ ਨਹੀਂ ਕਿਹੜਾ ਉਹਦਾ, ਪਤਾ ਨਹੀਂ ਫਿਲਹਾਲ ਦੇਖ ਸਕਦੇ ਹੋ ਇੱਥੋਂ ਹਰਿਦੁਆਰ ਜੰਕਸ਼ਨ। ਯਾਤਰੀਆਂ ਕਿਰਪਾ ਧਿਆਨ ਦੇ, ਗਾੜੀ ਨੰਬਰ 1971 ਭਾਵਨਗਰ ਤੇ ਹਰਿਦੁਆਰ, ਪਲੈਟਫਾਰਮ ਨੰਬਰ 3 ਪਰ ਖੜੀ ਹੋ ਰਹੀ ਹੈ, ਇਹ ਗਾੜੀ 1972 ਪਲੈਟਫਾਰਮ ਨੰਬਰ 3 ਤੇ 5 ਵਜੇ ਜਾਏਗੀ, ਯਾਤਰੀਆਂ ਦਾ ਅਨੁਰੋਧ ਹੈ ਗਾੜੀ ਨਾ ਚੜ੍ਹਨ ਦਾ ਪ੍ਰਯਾਸ ਨਾ ਕਰੇ, ਆਪਣੀ ਆ ਚੁੱਕੀ ਹੈ ਇੱਥੇ ਹਰਿਦੁਆਰ ਜੰਕਸ਼ਨ ਹਰਿਦੁਆਰ ਵਿੱਚ, ਅਤੇ ਲੋਕਾਂ ਨੂੰ ਹੁਣ ਅਤੇ ਟ੍ਰੇਨ ਦੀ ਮੈਂਟੇਨੈਂਸ ਵੀ ਸ਼ੁਰੂ ਹੋ ਚੁੱਕੀ ਹੈ, ਪਰ ਲੋਕ ਬਣਨਾ ਸ਼ੁਰੂ ਹੋ ਗਿਆ, ਮਤਲਬ ਕੀ ਕਿਹਾ ਜਾਵੇ ਹੁਣ, ਇੰਨੀ ਲੋਕ ਅਨਾਊਂਸਮੈਂਟ ਕਰਕੇ ਰੇਲਵੇ ਕਰਦੀ ਹੈ ਪਰ ਲੋਕ ਸੁਣਦੇ ਨਹੀਂ ਹੈਗੇ, ਅਤੇ ਲੋਕ ਯਾਰ ਫਿਰ ਵੀ ਕਰੀ ਜਾ ਰਹੇ ਆ, ਚੜੀ ਜਾ ਰਹੇ ਆ, ਗੰਦੀ ਟ੍ਰੇਨ ਪਈ ਹੈ, ਬਾਥਰੂਮ ਗੰਦਾ ਪਿਆ, ਲੋਕ ਚੜੀ ਜਾ ਰਹੇ, ਪਰ ਆਪਾਂ ਵੇਟ ਕਰ ਰਹੇ ਹਾਂ, ਅਤੇ ਜਦੋਂ ਟ੍ਰੇਨ ਸਫਾਈ ਹੁੰਦੀ ਹੈ ਉਸ ਤੋਂ ਬਾਅਦ ਚੜਾ ਕੇ ਟ੍ਰੇਨ ਦੇ ਵਿੱਚ, ਬਾਕੀ ਇਹ 2 ਘੰਟੇ ਪਏ ਯਾਰ, ਐਸ਼ ਕਰੋ ਸਟੇਸ਼ਨ ਘੁੰਮੋ ਫਿਰੋ, ਅਤੇ ਲੋਕੋਮੋਟਿਵ ਡੀਜ਼ਲ ਲੋਕੋਮੋਟਿਵ ਲੱਗਿਆ EMD ਦੇਖ ਸਕਦੇ ਹੋ, ਆਹ ਟ੍ਰੇਨ ਖੜੀ ਹੋਈ ਹੈ, ਬਾਕੀ ਉਨਾ ਹਿਮਾਚਲ ਦੀ ਵੀ ਇੱਥੇ ਅਨਾਊਂਸਮੈਂਟ ਹੋ ਗਿਆ, ਅਤੇ ਆਹ ਬੋਰਡ ਵੀ ਲੱਗਿਆ ਭਾਵਨਗਰ। ਦੋਸਤੋ ਇੱਥੇ ਆ ਚੁੱਕੀ ਹੈ ਨੰਦਾ ਦੇਵੀ AC ਐਕਸਪ੍ਰੈਸ ਕੋਟਾ ਦੇਹਰਾਦੂਨ, ਇੱਧਰ ਖੜੀ ਹੈ ਭਾਵਨਗਰ ਵਾਲੀ ਭਾਵਨਗਰ ਟਰਮੀਨਸ ਤੱਕ ਜਾਣ ਵਾਲੀ, ਹੁਣ ਜੋ ਲੋਕੋ ਹੈ ਉਹ ਜਾ ਚੁੱਕਿਆ ਅੱਗੇ ਲੱਗਣ ਲਈ, ਅਤੇ ਬਸ ਹੁਣ ਲੋਕੋ ਲੱਗੂਗਾ, ਅਤੇ 4:30 ਤਾਂ ਹੋ ਗਿਆ, ਅੱਧਾ ਘੰਟਾ ਰਹਿ ਗਿਆ, ਉਸ ਤੋਂ ਬਾਅਦ 5 ਵਜੇ ਡਿਪਾਰਚਰ ਟਾਈਮ ਦੇ ਕਿੰਨੇ ਨਿਕਲਦੀ ਹੈ ਟ੍ਰੇਨ,
ਬਾਕੀ ਹੁਣ ਹੌਲੀ ਹੌਲੀ ਦਿਨ ਵੀ ਚੜ੍ਹਨਾ ਸ਼ੁਰੂ ਹੋ ਜਾਊਗੀ ਪਤਾ ਇੱਧਰ। ਬਾਕੀ ਮੌਸਮ ਬੜਾ ਵਧੀਆ ਦੋਸਤੋ ਇੱਧਰ ਦਾ, ਮਜ਼ਾ ਆ ਗਿਆ। ਗਰਮੀ ਬਹੁਤ ਸੀਗੀ ਸਾਡੇ ਪਟਿਆਲੇ ਵੱਲ ਤਾਂ, ਇੱਧਰ ਤਾਂ ਬਹੁਤ ਵਧੀਆ ਮੌਸਮ ਹੈ ਇੱਧਰ ਹਰਿਦੁਆਰ ਵਿੱਚ। ਉਹ ਮੇਰਾ ਜਿਹੜਾ ਟ੍ਰੇਨ ਦਾ ਵੀ ਕਿਰਾਇਆ ਲੱਗੇ ਉਹ ਲੱਗੇ 85 ਰੁਪੀਸ, ਅਤੇ ਹਰਿਦੁਆਰ ਤੋਂ ਲੈ ਕੇ ਪਟਿਆਲੇ ਦੇ ਵਿੱਚ ਜਿਹੜਾ ਕਿਰਾਇਆ 85 ਰੁਪੀਸ ਹੈ। ਬਾਕੀ ਟਾਈਮ ਲੈ ਲੈਂਦੀ 5-6 ਘੰਟੇ ਟ੍ਰੇਨ ਲੱਗ ਹੀ ਜਾਂਦੇ ਹੈ, ਅਤੇ ਜਿਹੜੀ ਭਾਵਨਗਰ ਹੈ ਹੁਣ 5 ਚੱਲ ਕੇ ਪਟਿਆਲਾ 10-10:30 ਵਜੇ ਪਹੁੰਚੂਗੀ ਮੇਰੇ ਹਿਸਾਬ ਨਾਲ। ਅਤੇ ਉਸ ਤੋਂ ਇਲਾਵਾ 2 ਟ੍ਰੇਨਾਂ ਹੋਰ ਹੈ, ਜਿਹੜੀ ਬਾਰਮਿਲ ਰਿਸ਼ੀਕੇਸ਼ ਹੈ ਅਤੇ ਗੰਗਾਨਗਰ ਰਿਸ਼ੀਕੇਸ਼ ਹੈ, ਅਤੇ ਇਹ 3 ਨੰਬਰ 'ਤੇ ਆਉਂਦੀ ਹੈ ਹਰਿਦੁਆਰ ਭਾਵਨਗਰ ਜਿਹੜੀ ਹੈਗੀ ਹੈ ਵਾਲੀ। ਅਤੇ ਇਸ ਤੋਂ ਇਲਾਵਾ ਤਾਂ ਟਾਈਮ ਹੋ ਗਿਆ ਨਿਕਲ ਜਾਂਦਾ, ਤੁਹਾਨੂੰ ਹੁਣ ਦੇਖਦੇ 5 ਵੱਜ ਗਏ, ਦੇਖਦੇ ਹੁਣ ਡਿਪਾਰਚਰ ਕਿੰਨੇ ਵਜੇ ਹੁੰਦਾ। ਅਤੇ ਬਾਕੀ ਸਨਰਾਈਜ਼ ਵੀ ਹੋ ਗਿਆ ਇੱਥੇ, ਠੀਕ।
Thank you.
ਜੰਮੂ ਤੋਂ ਵੀ ਜੰਮੂ ਤੋਂ ਵੀ ਗੱਲ ਦੋਸਤੋ ਹੁਣ ਆਪਾਂ ਸ਼ਿਵ ਪਹੁੰਚ ਚੁੱਕੇ ਹਾਂ ਸਹਾਰਨਪੁਰ ਜੰਕਸ਼ਨ ਦੇ ਵਿੱਚ ਅਤੇ ਇੱਥੇ ਗੱਡੀ 7 ਵਜੇ ਪਹੁੰਚੀ ਹੈ। ਬਾਕੀ ਗਰਮੀ ਹੋਣੀ ਸ਼ੁਰੂ ਹੋ ਗਈ ਹੈ, ਬਾਕੀ ਵਧੀਆ ਰਿਹਾ ਮੌਸਮ, ਪਹਿਲਾਂ ਠੀਕ ਸੀਗਾ ਆਟੋ ਤੱਕ ਸਹਾਰਨਪੁਰ ਠੀਕ ਹੈ, ਹੁਣ ਤਾਂ ਗਰਮੀ ਹੋਣੀ ਸ਼ੁਰੂ ਹੋ ਜੂਗੀ। ਬਾਕੀ ਜਰਨੀ ਬੜੀ ਵਧੀਆ ਚੱਲ ਰਹੀ ਹੈ ਅਤੇ ਟ੍ਰੇਨ ਵੀ ਸਹੀ ਚੱਲ ਰਹੀ, ਜ਼ਿਆਦਾ ਫੁੱਲ ਵੀ ਨਹੀਂ ਹੈ ਅਤੇ ਜ਼ਿਆਦਾ ਖਾਲੀ ਵੀ ਨਹੀਂ ਹੈ, ਠੀਕ ਹੈ ਜਿੰਨੀ ਹੋਣੀ ਚਾਹੀਦੀ ਉਸ ਹਿਸਾਬ ਨਾਲ। ਤਾਂ ਅਤੇ ਦੋਸਤੋ ਹੁਣ ਟ੍ਰੇਨ ਆਪਣੀ ਪਹੁੰਚ ਚੁੱਕੀ ਹੈ ਦੁਖੇਰੀ, ਅਤੇ ਦੁਖੇਰੀ 'ਤੇ ਖੜ ਗਈ ਹੈ। ਬਾਕੀ ਟ੍ਰੇਨ ਟਾਈਮ 'ਤੇ ਚੱਲ ਰਹੀ ਹੈ ਅਤੇ ਇੱਥੇ ਇੱਕ ਆਹ ਮੈਂ ਦੇਖਿਆ ਹਰੇਕ ਖੜ੍ਹੇ ਨਵੇਂ ਐਲ ਐੱਚ ਬੀ ਡੱਬੇ ਆਏ ਹੈ, ਪਤਾ ਨਹੀਂ ਸ਼ਾਇਦ ਕੀ ਟ੍ਰੇਨ ਐੱਲ ਐੱਚ ਬੀ ਹੋਣੀ, ਪਤਾ ਨਹੀਂ ਕੀ ਚੱਕਰ ਹੈ। ER ਦਾ ਜ਼ੋਨ ਹੈ ਅਤੇ ਬਿਲਕੁਲ 23 ਮਿੰਟ ਹੈ, ਅਤੇ ਦੇਖ ਸਕਦੇ ਹੋ ਪੂਰਾ ਏ ਸੀ ਦੀ ਕੋਚਿੰਗ ਸੀ, ਏ ਸੀ ਕਲੰਬੀ, ਸ਼ਾਇਦ ਕੋਈ ਟ੍ਰੇਨ ਟਰੂਨ ਚੱਲਣੀ ਹੈ, ਪਤਾ ਨਹੀਂ ਕੀ ਚੱਕਰ ਹੈ।
ਤੁਸੀਂ ਦੇਖ ਸਕਦੇ ਹੋ ਟ੍ਰੇਨ ਖੜੀ ਹੋਈ ਹੈ ਦੁਖੇਰੀ ਵਿੱਚ। ਚਾਰ ਨੰਬਰ 'ਤੇ ਟਾਈਮ ਹੋ ਰਿਹਾ 9 ਵਜੇ ਤੇ ਅੱਧਾ ਘੰਟਾ ਲੇਟ ਹੈ ਮੇਰੇ ਹਿਸਾਬ ਨਾਲ। ਬਾਕੀ ਦਾਦਰ ਵੀ ਆ ਗਈ ਹੈ, ਦਾਦਰ ਵੀ ਟਾਈਮ 'ਤੇ ਚੱਲ ਰਹੀ ਹੈ ਅਤੇ ਇਹ ਵੀ ਆ ਗਈ ਹੈ ਅਤੇ ਉੱਧਰੋਂ ਮਾਲਵਾ ਆ ਗਈ ਹੈ। ਬਾਕੀ ਰੰਧੋ ਬਾਜ ਪਾਟ ਕਰਕੇ ਆਪਣੀ ਟੋਪ ਸਿੱਧਾ ਇਹਦਾ ਹੋਊਗਾ ਰਾਜਪੁਰਾ ਅਤੇ ਫਿਰ ਪਟਿਆਲਾ। ਇਹ ਅੰਬਲ ਕੇ ਜਗਾਦਰੀ ਨਹੀਂ ਖੜਦੀ ਨਾ ਅੰਬਾਲ ਸੁੱਡੀ ਖੜਦੀ ਹੈ, ਸਿੱਧਾ ਸਹਾਰਨਪੁਰ ਤੋਂ ਅੰਬਾਲਾ ਕੰਡ ਅਤੇ ਅੰਬਾਲਾ ਕੰਡ ਤੋਂ ਰਾਜਪੁਰ, ਰਾਜਪੁਰ ਤੋਂ ਪਟਿਆਲਾ, ਪਟਿਆਲਾ ਸਿੱਧਾ ਧੂਰੀ, ਧੂਰੀ ਸਿੱਧਾ ਸੁਨਾਮ, ਸੁਨਾਮ ਸਿੱਧਾ ਜਾਖਲ, ਜਾਖਲ ਸਿੱਧਾ ਨਾਲਾ ਹੀ ਸਾਰ ਖੜਦੀ ਮੇਰੇ। ਅਤੇ ਹੁਣ ਦਿਖਾਉਂਦੇ ਆ ਡਿਪਾਰਚਰ ਦੋਸਤੋ। ਇਹ ਟ੍ਰੇਨ ਦਾ ਸਲੀਪਰ ਦਾ ਕੋਚ ਹੈ, ਦੇਖ ਸਕਦੇ ਹੋ ਸਲੀਪਰ ਇੱਦਾਂ ਦਾ ਲੱਗ ਰਿਹਾ ਦੇਖਣ 'ਚ। ਬਾਕੀ ਹਾਂ
ਆਖਰੇ ਜੇ ਵੀ ਸੀ। ਉਹ ਟ੍ਰੇਨ ਹੁਣ ਆਪਣੀ ਨਿਕਲ ਚੁੱਕੀ ਹੈ ਰਾਏਪੁਰ ਜੰਕਸ਼ਨ ਤੋਂ, ਅਤੇ ਹੁਣ ਆਪਣਾ ਸਿੱਧਾ ਸ਼ੋਅ ਪਟਿਆਲੇ ਹੋਊਗਾ ਅਤੇ ਆਪਣਾ ਫਿਰ ਜਰਨੀ ਆਪਾਂ ਐਂਡ ਕਰਾਂਗੇ ਉੱਥੇ। ਅਤੇ ਸਹੀ ਰਹੀ ਵੈਸੇ ਐਕਸਪੀਰੀਅੰਸ, ਵਧੀਆ ਰਿਹਾ ਟ੍ਰੇਨ ਦਾ, ਕਾਫੀ ਵਧੀਆ ਟ੍ਰੇਨ ਸੀਗੀ ਯਾਰ। ਅਤੇ ਬਾਕੀ ਗਰਮੀ ਵੀ ਹੁਣ ਹੋਣ ਲੱਗ ਗਈ ਹੈ, ਅਤੇ ਤੁਹਾਨੂੰ ਡਿਪਾਰਚਰ ਹੁੰਦੇ ਰਾਏਪੁਰ। ਦੋਸਤੋ ਟ੍ਰੇਨ ਆਪਣੀ ਪਹੁੰਚ ਚੁੱਕੀ ਹੈ ਪਟਿਆਲਾ ਸਟੇਸ਼ਨ ਦੇ ਵਿੱਚ, ਤੁਸੀਂ ਦੇਖ ਸਕਦੇ ਹੋ ਇੱਥੇ ਭਾਵਨਗਰ ਹਰਦੁਆਰ ਭਾਵਨਗਰ ਟਰਮੀਨਸ ਵੀਕਲੀ ਐਕਸਪ੍ਰੈਸ ਪਹੁੰਚ ਚੁੱਕੀ ਹੈ ਪਟਿਆਲਾ ਸਟੇਸ਼ਨ 'ਤੇ। ਬਾਕੀ ਜਰਨੀ ਦੀ ਗੱਲ ਕਰੀਏ ਤਾਂ ਬਹੁਤ ਵਧੀਆ ਜਰਨੀ ਰਹੀ ਹੈ ਇਹਦੇ ਵਿੱਚ, ਅਤੇ ਗਰਮੀ ਹੋ ਗਈ ਸੀਗੀ ਹੁਣ, ਬਾਕੀ 10:30 ਹੋ ਚੁੱਕੀ ਹੈ ਅਤੇ ਟ੍ਰੇਨ ਪਹੁੰਚ ਚੁੱਕੀ ਹੈ ਪਟਿਆਲੇ। ਅਤੇ LHB ਡੱਬੇ ਹੋ ਗਿਆ ਹੁਣ ਵਧੀਆ ਕਰਤਾ, ਅਤੇ 8 ਵਜੇ ਸਲੀਪਰ ਡੱਬੇ, ਅੱਜ ਇੱਕ ਸਪੈਸ਼ਲ ਲੱਗਿਆ ਪਿਆ SC ਮਨ ਵੇਟਿੰਗ ਕਰਕੇ ਲੱਗਿਆ ਹੋਣਾ ਸ਼ਾਇਦ। ਬਾਕੀ ਤੁਹਾਨੂੰ ਹੁਣ ਆਪਾਂ ਲੋਕ ਦੀ ਸਮਾਪਤੀ ਇੱਥੇ ਕਰਦੇ ਹਾਂ, ਅਤੇ ਲੋਕ ਚੰਗਾ ਲੱਗਿਆ ਲਾਈਕ ਕਰਨਾ ਸਾਰਿਆਂ ਦਾ, ਥੈਂਕ ਯੂ ਦੇਖਣ ਲਈ। ਅਤੇ ਚੈਨਲ ਵੀ ਨਵੇਂ ਚੈਨਲ ਸਬਸਕ੍ਰਾਈਬ ਕਰ ਦਿਓ, ਅਤੇ ਹੁਣ ਇੱਦਾਂ ਹੀ ਵਲੋਗ ਮੈਂ ਲਿਆਉਂਦਾ ਰਹਿਣਾ, ਅਤੇ ਥੈਂਕ ਯੂ ਪੂਰੇ ਦੇਖਣ ਲਈ। ਥੈਂਕ ਯੂ ਫਰੈਂਡਸ।